By the way, this is my mom, huh? ਉਹਨਾਂ ਦੇ ਮਾਤਾ ਤੇ ਉਹਨਾਂ ਦੀ ਭੈਣ ਨਸਰ ਆਏ। ਜੀ ਹਾਂ, ਦਿਲਜੀਤ ਦੋਸਾਂਝ ਜਦੋਂ ਹੀ ਸਟੇਜ ਤੋਂ ਥੱਲੇ ਉਤਰਦੇ ਨੇ ਤੇ ਉਹ ਸਾਰੇ ਹੀ ਆਡੀਅੰਸ ਦੇ ਨਾਲ ਆਪਣੇ ਮਾਤਾ ਤੇ ਭੈਣ ਨੂੰ ਇੰਟਰੋਡਿਊਸ ਕਰਵਾਉਂਦੇ ਨੇ ਤੇ ਦਿਲਜੀਤ ਦੋਸਾਂਝ ਜੋ ਕਿ ਮਾਈਕ ਦੇ ਵਿੱਚ ਇੱਕ ਅਨਾਊਂਸਮੈਂਟ ਕਰਦੇ ਨੇ ਕਿ ਦਿਸ ਇਜ਼ ਮਾਈ ਮੌਮ, ਆਪਣੀ ਮਾਤਾ ਦੇ ਗਲੇ ਲੱਗਦੇ ਨੇ, ਆਪਣੀ ਮਾਤਾ ਦਾ ਮੱਥਾ ਚੁੰਮਦੇ ਨੇ, ਜਿਸ ਤੋਂ ਬਾਅਦ ਉਹਨਾਂ ਦੇ ਮਾਤਾ ਵੀ ਭਾਵੁਕ ਨਜ਼ਰ ਆਉਂਦੇ ਨੇ। ਦਰਅਸਲ ਦਿਲਜੀਤ ਦੋਸਾਂਝ ਦਾ ਇਹ ਸ਼ੋਅ ਜੋ ਕਿ ਮੈਨਚੈਸਟਰ ਸ਼ੋਅ ਚੱਲ ਰਿਹਾ ਸੀ, ਜਿਸ ਦੇ ਦੌਰਾਨ ਦਿਲਜੀਤ ਦੋਸਾਂਝ ਦੇ ਵੱਲੋਂ ਆਪਣੀ ਪਰਫਾਰਮੈਂਸ ਕੀਤੀ ਜਾ ਰਹੀ ਸੀ ਤੇ ਉਹਨਾਂ ਨੇ ਸ਼ੋਅ ਦੌਰਾਨ ਆਪਣੀ ਮਾਤਾ ਤੇ ਭੈਣ ਦੇ ਨਾਲ ਸਾਰਿਆਂ ਦੀ ਮੁਲਾਕਾਤ ਕਰਾਈ ਹੈ ਤੇ ਇਹ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਲਾਈਵ ਸ਼ੋਅ ਦੇ ਦੌਰਾਨ ਦਿਲਜੀਤ ਦੋਸਾਂਝ ਦੇ ਮਾਤਾ ਜਾਂ ਫਿਰ ਅਸੀਂ ਕਹਿ ਸਕਦੇ ਕਿ ਉਹਨਾਂ ਦਾ ਪਰਿਵਾਰ ਕੈਮਰੇ ਦੇ ਵਿੱਚ ਨਜ਼ਰ ਆਇਆ। ਤਾਂ ਦਿਲਜੀਤ ਦੋਸਾਂਝ ਜੋ ਕਿ ਅਕਸਰ ਹੀ ਆਪਣੇ ਪਰਿਵਾਰ ਦੀ ਇੱਕ ਸਿਕਿਉਰਿਟੀ ਮੇਨਟੇਨ ਕਰਕੇ ਰੱਖਦੇ ਨਜ਼ਰ ਆਏ ਨੇ, ਪਰ ਪਹਿਲੀ ਵਾਰ ਇੱਦਾਂ ਹੋਇਆ ਕਿ ਦਿਲਜੀਤ ਦੋਸਾਂਝ ਦੀ ਮਾਤਾ ਅਤੇ ਭੈਣ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਏ ਨੇ ਤੇ ਉਹਨਾਂ ਨੇ ਬੜੇ ਹੀ ਸਤਿਕਾਰ ਦੇ ਨਾਲ, ਪਿਆਰ ਦੇ ਨਾਲ ਆਪਣੀ ਮਾਤਾ ਨੂੰ ਗਲ ਦੇ ਨਾਲ ਲਗਾਇਆ, ਉਹਨਾਂ ਦਾ ਮੱਥਾ ਚੁੰਮਿਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਮਾਤਾ ਵੀ ਕਾਫੀ ਭਾਵੁਕ ਨਜ਼ਰ ਆਏ। By the way, this is my mom, huh? She's my sister. I'm gonna grab you here.